ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਬਿਰਧ ਨਾਥ ਪਾਜ ਨੇਤਰੀਨ ਆਸ਼ਰਮ ਬਿਰਕਾਂ ਵਿਖੇ ਪਿਛਲੇ 15 ਸਾਲ ਤੋਂ ਨਿਰੰਤਰ ਉਹਨਾਂ ਲੋਕਾਂ ਦੀ ਸੇਵਾ ਕਰ ਰਿਹਾ ਜਿਹੜੇ ਲੋਕਾਂ ਦਾ ਕੋਈ ਸਹਾਰਾ ਨਹੀਂ ਹੈ, ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੇ ਨੇ। ਇਹ ਆਸ਼ਰਮ ਸੰਤ ਬਾਬਾ ਦਿਆਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਨਿਰੰਤਰ ਸੇਵਾ ਕਰ ਰਿਹਾ ਹੈ। ਅਤੇ ਲੇਕਿਨ ਇੱਥੇ ਜੋ ਪ੍ਰਾਣੀ ਰਹਿੰਦੇ ਸਨ ਉਹ 250 ਦੇ ਕਰੀਬ ਪ੍ਰਾਣੀ ਹਨ, ਜਿਨ੍ਹਾਂ ਦੇ ਵਿੱਚ ਬੀਬੀਆਂ, ਬੱਚੇ, ਅਨਾਥ, ਨੇਤਰਹੀਣ ਅਤੇ ਅੰਗਹੀਣ ਬੱਚੇ ਹਨ। ਅਤੇ ਇੱਥੇ ਇੰਨੇ ਲੋਕਾਂ ਦਾ ਰਹਿਣਾ ਬੜਾ ਮੁਸ਼ਕਲ ਸੀ। ਅਤੇ ਕੁਝ ਸਮੇਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਇੱਕ ਦਾਨੀ ਸੱਜਣ ਜਿਹਦਾ ਨਾਮ ਰਣਜੀਤ ਸਿੰਘ ਰਾਣਾ ਹੈ ਅਤੇ ਉਹਨਾਂ ਦੇ ਭਾਈ ਸਾਹਿਬ ਮੇਜਰ ਸਿੰਘ ਜੂਕੇ, ਉਹ ਇੱਥੇ ਇਹ ਆਸ਼ਰਮ ਦੇਖਣ ਵਾਸਤੇ ਆਏ ਸਨ। ਜਦੋਂ ਉਹਨੇ ਦੇਖਿਆ ਕਿ ਇੱਥੇ ਲੋਕ ਬਹੁਤ ਰਹਿ ਰਹੇ ਨੇ, ਪੌਣੇ ਦੋ ਕਨਾਲ ਥੈਂ ਹੈ, ਅਤੇ ਉਹਨਾਂ ਨੇ ਮਨ ਬਣਾਇਆ ਕਿ ਇਸ ਆਸ਼ਰਮ ਨੂੰ ਇੱਕ ਏਕੜ ਜ਼ਮੀਨ ਆਪਣੀ ਜ਼ਮੀਨ ਦੇ ਵਿੱਚੋਂ ਦਾਨ ਕੀਤੀ ਜਾਵੇ। ਪਿੰਡ ਸਾਨੀ ਵਿਖੇ ਉਹਨਾਂ ਨੇ ਆਪਣੀ ਜ਼ਮੀਨ ਦੇ ਵਿੱਚੋਂ ਇੱਕ ਏਕੜ ਜ਼ਮੀਨ ਜਿਹੜੀ ਉਹ ਇਸ ਆਸ਼ਰਮ ਨੂੰ, ਇਸ ਟਰੱਸਟ ਨੂੰ, ਹੈਲਪੇਜ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨੂੰ ਇੱਕ ਏਕੜ ਜ਼ਮੀਨ ਜਿਹੜੀ ਦਾਨ ਕੀਤੀ ਹੈ। ਅਤੇ ਉਸ ਜ਼ਮੀਨ 'ਤੇ ਪਿਛਲੇ 3 ਸਾਲ ਤੋਂ ਨਿਰੰਤਰ ਜਿਹੜੀ ਉਹ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਅੱਜ ਤੱਕ ਇਸ ਕਾਰ ਸੇਵਾ ਦੇ ਵਿੱਚ ਬਾਹਰਲੀਆਂ ਸੰਗਤਾਂ ਦੁਆਰਾ ਅਤੇ ਦੇਸ਼ ਦੀਆਂ ਸੰਗਤਾਂ ਦੁਆਰਾ ਕਾਫੀ ਵੱਡੇ ਪੱਧਰ 'ਤੇ ਸੇਵਾ ਕੀਤੀ ਜਾ ਰਹੀ ਹੈ। माधो हम ऐसे हम पापी तुम पाप खंडन नीको ठाकुर देसा हम पापी तुम पाप खंडन नीको ठाकुर देसा माधो हम ऐसे तू वैसा माधो हम ऐसे माधो हम ऐसे तू ऐसा माधो हम ऐसे हम मैले तुम पूजल करते हम निर्गुण तू दाता हम मैले तुम पूजल करते हम निर्गुण तू दाता हम मूर्ख तुम चतुर सियान तू सर्व कला। गुरु नानक बिरध अनाथ पाज ਅਤੇ ਨੇਤਰਹੀਣ ਆਸ਼ਰਮ ਜੋ ਕਿ 2003 ਤੋਂ ਸ਼ੁਰੂ ਕੀਤਾ ਗਿਆ ਸੀ, ਪਹਿਲਾਂ ਦਸਾਂਝਾਂ ਰੋਡ 'ਤੇ ਪਿੰਡ ਬਿਰਕਾਂ ਦੇ ਮੋੜ 'ਤੇ ਇਹ ਆਸ਼ਰਮ ਸ਼ੁਰੂ ਆ, ਅਤੇ ਉਹਦੀ ਦੂਸਰੀ ਬ੍ਰਾਂਚ ਪਿੰਡ ਸਾਨੀ ਜਿੱਥੇ ਕਿ ਹੁਣ ਮੈਂ ਬੈਠਾ ਹਾਂ ਤੁਸੀਂ ਦੇਖ ਰਹੇ ਹਾਂ, ਇਹ ਇਮਾਰਤ ਬਣਨ ਜਾ ਰਹੀ ਆ। ਜਿਤਨੇ ਵੀ ਇੱਥੇ ਕਮਰੇ ਤਿਆਰ ਹੋਏ ਆ ਉਹਦੇ ਵਿੱਚ ਹਰ ਕਮਰੇ ਵਿੱਚ ਚਾਰ ਚਾਰ ਪੰਜ ਪੰਜ ਸਰੀਰ ਪਏ ਨੇ, ਅਤੇ ਹਰ ਟੀ ਵੀ ਲੱਗਾ ਹਰ ਕਮਰੇ ਵਿੱਚ, ਬਾਥਰੂਮ ਅਟੈਚ ਆ। ਇਸ ਤਰ੍ਹਾਂ ਲੋਕਾਂ ਦੇ ਸੁੱਖ ਵਾਸਤੇ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਕਿਤੇ ਵੀ ਕੋਈ ਪੰਜਾਬ ਵਿੱਚ ਦੁਖੀ ਹੋਵੇ, ਜਿਹਨੂੰ ਕੋਈ ਨਾ ਸਹਾਰਦਾ ਹੋਵੇ, ਜਾਂ ਉਹਦਾ ਧੀ ਪੁੱਤ ਹੈ ਨਹੀਂ, ਜਾਂ ਧੀਆਂ ਹੈਗੀਆਂ ਅਤੇ ਪੁੱਤਰ ਹੈ ਨਹੀਂ, ਅਤੇ ਉਹ ਨਹੀਂ ਉਹ ਆਪਣੇ ਨਾਲ ਅਡਾਪਟ ਕਰ ਸਕਦੇ, ਫਿਰ ਕੁਝ ਉਹ ਨੇ ਜਿਹੜੇ ਬੱਚੇ ਅਵਾਰਾ ਹੋ ਗਏ ਨੇ ਉਹ ਆਪਣੇ ਮਾਪਿਆਂ ਨੂੰ ਨਹੀਂ ਸੰਭਾਲਦੇ, ਉਹ ਇੱਥੇ ਆਉਣ ਵਾਸਤੇ ਆਪਣੀ ਪਹੁੰਚ ਕਰਨ, ਜਾਂ ਕੋਈ ਆ ਕੇ ਇੱਥੇ ਛੱਡ ਜਾਵੇ, ਜਾਂ ਸਾਨੂੰ ਫੋਨ ਕਰਨ ਅਸੀਂ ਉਹਨੂੰ ਲਿਆ ਕੇ ਇੱਥੇ ਰੱਖ ਸਕਦੇ ਹਾਂ। ਇਹ ਬਹੁਤ ਜ਼ਰੂਰੀ ਆ। ਅਗਲੀ ਬੇਨਤੀ ਇਹ ਆ ਕਿ ਇੱਥੇ ਇਮਾਰਤ ਵਿੱਚ ਇਸ ਵੇਲੇ ਜਿੰਨੇ ਕਮਰੇ ਤਿਆਰ ਹੋਏ ਉਹਦੇ 100 ਦੇ ਕਰੀਬ ਇੱਥੇ ਮਾਤਾ ਪਿਤਾ ਅਤੇ ਬੱਚੇ ਰਹਿ ਰਹੇ ਨੇ। 125 ਸਰੀਰ ਦਸਾਂਝ ਵਾਲੇ ਪਹਿਲੇ ਆਸ਼ਰਮ ਦੇ ਵਿੱਚ
ਬਾਕੀ ਰਹਿ ਰਹੇ ਨੇ। 225 ਸਰੀਰਾਂ ਦੀ ਰੋਜ਼ ਦਾ ਲੰਗਰ ਦਾ ਖਰਚਾ, ਉਹਨਾਂ ਦੀਆਂ ਦਵਾਈਆਂ ਦਾ ਖਰਚਾ, ਉਹਨਾਂ ਦੇ ਲੋੜਾਂ ਲਈ ਹਰ ਚੀਜ਼, ਜਿਹੜਾ ਜੋ ਜ਼ਿਆਦਾ ਬਿਮਾਰ ਹੋ ਜਾਂਦਾ ਉਹਨੂੰ ਫਿਰ ਉਸ ਵੇਲੇ ਐਂਬੂਲੈਂਸਾਂ ਲੱਗੀਆਂ ਆ ਇੱਥੇ ਵੀ ਅਤੇ ਦੂਸਰੇ ਆਸ਼ਰਮ ਵਿੱਚ ਵੀ, ਉਸ ਵੇਲੇ ਹੁਣ ਹੌਸਪੀਟਲਾਂ 'ਚ ਲੈ ਕੇ ਜਾਂਦੇ, ਉਹਨਾਂ ਦੇ ਖਰਚੇ ਹੁੰਦੇ ਨੇ। ਜਿੰਨੇ ਲੋਕ ਇੱਥੇ ਸੰਭਾਲਦੇ ਨੇ ਉਹ ਸਾਰੇ ਪੇਡ ਨੇ, ਜਨਾਨੀਆਂ ਨੂੰ ਜਨਾਨੀਆਂ ਸੰਭਾਲਦੀਆਂ, ਆਦਮੀਆਂ ਨੂੰ ਆਦਮੀਆਂ। ਇਸ ਤਰ੍ਹਾਂ ਲੰਗਰ ਤਿਆਰ ਹੁੰਦਾ ਦੋਨੋਂ ਪਾਸੇ, ਲੰਗਰ ਵਿੱਚ ਵੀ ਇਸ ਤਰ੍ਹਾਂ ਹੀ ਉੱਥੇ ਵੀ ਵਰਕਰ ਕੰਮ ਕਰਦੇ ਨੇ ਅਤੇ ਬਾਕੀ ਡਾਕਟਰ ਆ, ਦਿਨ ਵਾਲੇ ਹੋਰ ਨੇ, ਰਾਤ ਵਾਲੇ ਹੋਰ ਨੇ, ਇੱਥੇ ਵੀ ਅਤੇ ਦੂਸਰੇ ਆਸ਼ਰਮ ਵਿੱਚ ਵੀ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਇਕੱਲੇ ਬੰਦੇ ਦੇ ਕੰਮ ਦਾ ਯੋਗ ਨਹੀਂ ਹੈ ਕਰਨ ਦਾ, ਐਡਾ ਵੱਡਾ ਭਾਰ ਤਕਰੀਬਨ ਇੱਕ ਮਹੀਨੇ ਦਾ ਇੰਨੇ ਲੋਕਾਂ ਦਾ, ਜੇ 250 ਬੰਦਾ ਉੱਥੇ ਰੋਟੀ ਖਾਂਦਾ, 250 ਬੰਦਾ ਰਹਿ ਰਿਹਾ, ਉਹਨਾਂ ਦੇ ਖਰਚੇ ਦਾ ਤਕਰੀਬਨ 560,000 ਰੁਪਈਆ ਹਰ ਮਹੀਨੇ ਦਾ ਖਰਚਾ ਇੱਥੇ ਇਸ ਆਸ਼ਰਮ ਦਾ। ਮੈਂ ਬੇਨਤੀ ਕਰਦਾ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਅਤੇ ਪ੍ਰਦੇਸ਼ ਵਿੱਚ ਵੀ ਰਹਿਣ ਵਾਲੇ ਲੋਕਾਂ ਨੂੰ ਵੀ, ਵੀ ਬੇਨਤੀ ਆ ਕਿ ਜਿੰਨਾ ਜਿੰਨਾ ਕਿਸੇ ਦੀ ਹਿੰਮਤ ਆ, ਉਹ ਬੇਨਤੀ ਆ ਕਿ ਉਹ ਇੱਥੇ ਸਾਡੀ ਸਹਾਇਤਾ ਕਰੋ, ਸਾਡੇ ਨਾਲ ਸਹਿਯੋਗ ਦਿਓ, ਆਪਾਂ ਰਲ ਕੇ ਇਹਨਾਂ ਲੋਕਾਂ ਦੀ ਸਾਰਿਆਂ ਦੀ ਸੇਵਾ ਕਰ ਸਕੀਏ। ਅਤੇ ਦੂਸਰੀ ਬੇਨਤੀ ਹੈ ਕਿ ਜਿਹੜੀ ਹੁਣ ਇਮਾਰਤ ਬਣ ਰਹੀ ਹੈ ਇੱਥੇ 500 ਦੇ ਕਰੀਬ ਬੰਦਾ ਰਹਿ ਸਕੇਗਾ, 4 ਮੰਜ਼ਿਲੀ ਬਿਲਡਿੰਗ ਬਣੇਗੀ ਇਹ। ਜਿਹੜੇ ਵੀ ਇੱਥੇ ਕਮਰੇ ਆਪਣੇ ਤਿਆਰ ਹੋਣੇ ਆ ਉਹਨਾਂ ਕਮਰਿਆਂ ਦਾ ਲਈ ਇੱਟਾਂ, ਸੀਮਟ, ਬਜਰੀ, ਰੇਤਾ, ਸਰੀਆ ਦੀ ਲੋੜ ਆ। ਮੈਂ ਇਹਨਾਂ ਰਹੀ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਸਾਥੀਓ, ਮੇਰੇ ਬੱਚਿਓ, ਮੈਂ ਵੀ ਬਿਰਧ ਹੋ ਗਿਆ ਅਤੇ ਜੇ ਮੇਰੇ ਨਾਲ ਸਹਿਯੋਗ ਦੇਣ, ਕੋਈ ਇੱਟਾਂ ਲੈ ਦੇਵੇ, ਪੈਸੇ ਨਾ ਦੇਵੇ, ਇੱਟਾਂ ਲੈ ਦੇਵੇ, ਕੋਈ ਸਰੀਆ ਲੈ ਦੇਵੇ, ਕੋਈ ਸੀਮਿੰਟ ਲੈ ਦੇਵੇ, ਅਤੇ ਉਹ ਸਾਡੇ ਇਸ ਕੰਮ ਦੇ ਵਿੱਚ ਸਹਿਯੋਗ ਦੇਵੇ ਅਤੇ ਸਾਡਾ ਇਹ ਕੰਮ ਚੱਲਦਾ ਰਹੇ, ਰੁਕੇ ਨਾ, ਇਹ ਮੇਰੀ ਹੱਥ ਜੋੜ ਕੇ ਬੇਨਤੀ ਆ। ਮੈਂ ਮੇਰੀ ਆਵਾਜ਼ ਜਿਹੜਾ ਵੀ ਕੋਈ ਸੁਣਦਾ ਉਹ ਸਹਾਇਤਾ ਦੇ ਪਾਤਰ ਬਣੇ। ਇਹ ਸਹਿਯੋਗ ਨਹੀਂ ਸਿਰਫ ਚੀਜ਼ਾਂ ਦੀ ਲੋੜ ਵੀ ਆ, ਦੂਸਰੇ ਪਾਸੇ ਪਿੰਡਾਂ ਵਿੱਚ ਲੋਕ ਰੁਲਦੇ ਨੇ ਜਿਨ੍ਹਾਂ ਨੂੰ ਕੋਈ ਸੰਭਾਲਦਾ ਨਹੀਂ, ਜਿੱਥੇ ਵੀ ਕੋਈ ਦੇਖਦਾ ਸਾਡੇ ਫੋਨ ਨੰਬਰ 'ਤੇ ਇਹ ਸਾਡੇ ਨਾਲ ਫੋਨ ਕਰ ਰਹੇ ਅਤੇ ਬੋਰਡ ਵੀ ਪਿੰਡਾਂ 'ਚ ਲੱਗੇ ਨੇ, ਉਹ ਬੰਦੇ ਨੂੰ ਇੱਥੇ ਛੱਡ ਜਾਏ ਜਾਂ ਸਾਨੂੰ ਕੋਈ ਦੱਸੇ, ਅਸੀਂ ਆਪ ਜਾ ਕੇ ਲੈ ਆਵਾਂਗੇ। ਬਾਬਾ ਜੀ, ਸੇਵਾ ਕਦੋਂ ਤੋਂ ਤੁਸੀਂ ਕਰ ਰਹੇ ਹੋ ਅਤੇ ਕੀ ਕਿੱਥੋਂ ਪ੍ਰੇਰਨਾ ਮਿਲੀ ਸੀ ਤੁਹਾਨੂੰ ਇਸ ਚੀਜ਼ ਦੀ? ਮੈਂ ਗੁਰਦੁਆਰਾ ਸ੍ਰੀ ਭੈਣੀ ਸਾਹਿਬ, ਜਿਹੜੇ ਕੂਕਾ ਮੂਵਮੈਂਟ ਚੱਲੀ ਸੀ ਨਾ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਗੌਰਮੈਂਟ ਦੇ ਵਰਖਿਲਾਫ, ਉੱਥੇ ਬਿਲੋਂਗ ਕਰਦਾ ਮੈਂ, ਅਤੇ ਉੱਥੋਂ ਮੈਂ 25 ਸਾਲ ਰਹਿ ਕੇ ਸਤਿਗੁਰੂ ਜਗਜੀਤ ਸਿੰਘ ਦੇ ਕੋਲੋਂ ਇਹ ਸਿੱਖਿਆ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਮੈਂ 3-4 ਸਾਲ ਬਿਮਾਰ ਹੋ ਗਿਆ ਸੀ, ਫਿਰ 2003 ਦੇ ਵਿੱਚ ਮੈਂ ਇਹਨੂੰ ਆ ਕੇ ਸ਼ੁਰੂ ਕੀਤਾ ਅਤੇ 3 ਤੋਂ ਲੈ ਕੇ 14 ਸਾਲ ਹੋ ਗਏ ਨੇ ਇਸ ਕੰਮ ਚੱਲਦੇ ਨੂੰ। ਬੜੇ ਲੋਕ ਆਏ ਨੇ, ਸੰਸਾਰ ਤੋਂ ਚੱਲ ਜਾਂਦੇ ਨੇ, ਹੋਰ ਆ ਜਾਂਦੇ ਨੇ, ਨਿੱਤ ਪ੍ਰਤੀ ਇਸ ਤਰ੍ਹਾਂ ਚੱਕਰ ਚੱਲ ਰਿਹਾ। ਉਹ ਇਸ ਕਰਕੇ ਲੋੜ ਪਈ ਆ ਕਿ ਬਹੁਤ ਲੋਕ ਸਾਡੇ ਇੱਥੇ ਜਿਹੜੇ 100% ਆਪਾਂ ਕਰੀਏ ਅਤੇ 50% ਲੋਕ ਉਹ ਨੇ ਜਿਨ੍ਹਾਂ ਦੇ ਔਲਾਦ ਹੈ ਨਹੀਂ, ਉਹਨਾਂ ਨੂੰ ਇੱਥੇ ਆਉਣਾ ਪੈਂਦਾ, ਉਹਨਾਂ ਨੂੰ ਪਿੰਡਾਂ ਵਿੱਚ ਕੋਈ ਨਹੀਂ ਸੰਭਾਲਦਾ, ਤੁਰਦੇ ਫਿਰਦੇ ਤਾਂ ਆਪਣੀ ਜਦੋਜਹਿਦ ਕਰਦੇ ਜ਼ਿੰਦਗੀ ਦੀ, ਪਰ ਜਦੋਂ ਉਹ ਇੱਥੇ ਆ ਜਾਂਦੇ ਆ ਅਤੇ ਉਹਨਾਂ ਨੂੰ ਫਿਰ ਉੱਥੇ ਪਿੰਡਾਂ ਸੰਭਾਲਦਾ ਕੋਈ ਨਹੀਂ, ਉਹ ਇੱਥੇ ਆਉਂਦੇ ਨੇ। 25% ਲੋਕ ਇੱਥੇ ਉਹ ਨੇ ਜਿਨ੍ਹਾਂ ਦੀਆਂ ਧੀਆਂ ਹੈਗੀਆਂ, ਪੁੱਤਰ ਹੈ ਨਹੀਂ, ਜਦੋਂ ਪੁੱਤਰ ਹੈ ਨਹੀਂ ਅਤੇ ਧੀਆਂ ਉਹਨਾਂ ਨੂੰ ਅਡਾਪਟ ਨਹੀਂ ਕਰ ਸਕਦੀਆਂ, ਉਹਨਾਂ ਨੂੰ ਨਹੀਂ ਆਪਣੇ ਸਹੁਰੇ ਘਰ ਲਿਜਾ ਸਕਦੀਆਂ, ਉਹ ਵੀ ਲੋਕ ਬਹੁਤ ਇੱਥੇ ਆਉਂਦੇ ਨੇ। ਅਤੇ 25% ਲੋਕ ਉਹ ਨੇ ਜਿਨ੍ਹਾਂ ਦੇ ਪੁੱਤਰ ਅਵਾਰਾ ਹੋ ਗਏ ਨੇ, ਉਹਨਾਂ ਨੂੰ ਇਸ ਕਰਕੇ ਇੱਥੇ ਆਉਣਾ ਪਿਆ, ਉਹਨਾਂ ਨੂੰ ਬਿਰਧ ਆਸ਼ਰਮਾਂ ਦੀ ਲੋੜ ਪਈ। ਮੈਂ ਤਾਂ ਬੜਾ ਸਮਝਾਉਂਦਾ, ਜੇ ਕੋਈ ਮੇਰੇ ਕੋਲ ਲੜ ਕੇ ਆ ਜਾਏ ਨਾ, ਬਿਰਧ ਅਵਸਥਾ ਜਿਹੜੀ ਆ ਉਹ ਬੱਚਿਆਂ ਵਾਰੀ ਉਹਦੀ ਸੁਰਤੀ ਹੋ ਜਾਂਦੀ ਆ, ਅਤੇ ਜੇ ਕੋਈ ਲੜ ਕੇ ਆਉਂਦਾ ਮੈਂ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੀਆਂ ਧੀਆਂ ਨੂੰ ਸੱਦ ਕੇ ਮਨਾ ਕੇ ਉਹਨਾਂ ਦੇ ਘਰ ਵਾਪਸ ਵੀ ਭੇਜਦਾ ਹਾਂ ਕਿ ਇਹਨੇ ਇੱਥੇ ਆਸ਼ਰਮਾਂ ਵਿੱਚ ਨਾ ਆਵੋ, ਤੁਸੀਂ ਆਪਣੇ ਮਾਂ ਪਿਓ ਦੀ ਆਪ ਸੇਵਾ ਕਰੋ। ਸਤਿ ਸ਼੍ਰੀ ਅਕਾਲ। ਵਾਲੀ ਆਈ ਤਿੰਨ ਸਗਲੀ ਚਿੰਤ ਮਿਟਾ।
दुख रोग कडेरा पन्ना अनंत करे ना।